ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਲੈ ਕੇ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਕਾਉਂਟਰਪੁਆਇੰਟ ਰਜਿੰਦਰ ਸਿੰਘ ਤਗੜਵਦੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਆਸਟ੍ਰੇਲੀਆ ਤੋਂ ਪਰਿतोष ਪ੍ਰਾਸ਼ਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੁੱਦਾ ਹੋਏਗਾ ਆਰਟੀਕਲ 25 ਆਫ ਦਿ ਕਨਸਟੀਟਿਊਸ਼ਨ ਇਹਦੇ ਬਾਰੇ ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਇਸ ਪ੍ਰੋਗਰਾਮ ਦੇ ਨਿਸ਼ਾਨ ਹੋਣ ਤੋਂ ਬਾਅਦ ਸਾਡੇ ਇੱਕ ਟੋਰਾਂਟੋ ਤੋਂ ਦਰਸ਼ਕ ਖਰਦਾਰ ਹਰਬੰਸ ਸਿੰਘ ਔਜਲਾ ਨੇ ਸਾਨੂੰ ਆਪਣਾ ਰਿਐਕਸ਼ਨ ਭੇਜਿਆ ਕਾਫੀ ਕੁਝ ਭੇਜਿਆ ਕੁਝ ਵੀਡੀਓਜ਼ ਭੇਜੀਆਂ ਕੁਝ ਆਰਟੀਕਲਸ ਭੇਜੇ ਉਹ ਆਰਟੀਕਲਸ ਦਾ ਅਧਿਐਨ ਕੀਤਾ ਗਿਆ ਉਹਨਾਂ ਨੂੰ ਘੋਖਿਆ ਗਿਆ ਪ੍ਰਤੋਸ਼ ਪ੍ਰੈਸ਼ਰ ਵੱਧੋ ਉਹਦਾ ਹੁਣ ਆਪਾਂ ਜੀ ਜਵਾਬ ਸੁਣਦੇ ਹਾਂ ਕਿ ਉਹਦਾ ਪ੍ਰਤੀਕਰਮ ਕੀ ਆ ਉਹਦਾ ਰੀਜਵੈਂਡਰ ਕੀ ਆ ਪ੍ਰੋਗਰਾਮ ਚੱਲਿਆ ਰਿਐਕਸ਼ਨ ਆਇਆ ਹੁਣ ਰਿਐਕਸ਼ਨ ਦਾ ਰੀਜਵੈਂਡਰ ਜੇ ਸਰਦਾਰ ਹਰਵੰਤ ਸਿੰਘ ਔਜਲਾ ਸੁਣਦੇ ਐ ਤੇ ਉਹ ਇਸ ਬਾਰੇ ਆਪਣਾ ਵਿਚਾਰ ਕਰ ਲੈਣ ਅਸੀਂ ਬੇਨਤੀ ਕੀਤੀ ਸੀ ਔਜਲਾ ਸਾਹਿਬ ਨੂੰ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵੋ ਤੇ ਸ਼ਮੂਲੀਅਤ ਕਰੋ ਸਿੱਧੇ ਆਪਾਂ ਸਿੱਧੀ ਗੱਲਬਾਤ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਪਰਿਤੋਸ਼ ਪ੍ਰਾਸ਼ਰ ਨਾਲ ਪਰ ਮੇਰਾ ਖਿਆਲ ਹੈ ਸਦਾ ਹਰਪੰਸ ਸਿੰਘ ਸਮਾਨ ਨਹੀਂ ਕੱਢ ਸਕੇ ਤੇ ਇਸ ਕਰਕੇ ਅਸੀਂ ਉਹਨਾਂ ਵੱਲੋਂ ਜਿਹੜੇ ਉਠਾਏ ਗਏ ਕੁਐਸਚਨਸ ਆ ਮੁੱਦੇ ਆ ਪ੍ਰਸ਼ਨ ਉਹਨਾਂ ਤੇ ਅੱਜ ਪਰਿਤੋਸ਼ ਪ੍ਰਾਸ਼ਰ ਤੋਂ ਰਿਜਵੰਡਰ ਲਾਵਾਂਗੇ ਆਪਾਂ ਵੈਲਕਮ ਕਰਦੇ ਆਂ ਪਰਿਤੋਸ਼ ਪ੍ਰਾਸ਼ਰ ਦਾ ਪਰਿਤੋਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਇਹ ਬਹੁਤ ਸਾਰਾ ਦਾਤਾ ਹੈ ਧੰਨਵਾਦ ਤੁਹਾਡੇ ਦਸ਼ਕਾਂ ਦਾ ਵੀ ਰਜਿੰਦਰ ਜੀ ਤੇ ਮੈਨੂੰ ਇਹ ਪਰਿਫੇ ਤੁਸੀਂ ਮੌਕਾ ਦੇ ਰਹੇ ਹੋ ਮੈਂ ਆਪਣਾ ਪੁਆਇੰਟ ਰੱਖ ਸਕਾਂ ਹਰਪੁਰ ਦੋਰੀ ਮੈਨੂੰ ਯਾਦ ਹੈ ਕਿ ਪਿੱਛੇ ਤੁਸੀਂ ਜਿਹੜਾ ਪ੍ਰੋਗਰਾਮ ਕੀਤਾ ਸੀ ਆਰਟੀਕਲ 25 ਸੰਵਿਧਾਨ ਦਾ ਜਿਹੜਾ ਹੈ ਤੁਸੀਂ ਇਹ ਮੁੱਦਾ ਉਠਾਇਆ ਸੀ ਕਿ ਆਰਟੀਕਲ 25 ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਜਿਹੜੇ ਸਿੱਖ ਨੇ ਉਹ ਕੇਸਾਧਾਰੀ Hindu ਨੇ ਸਿਰਫ ਬੜਾ ਸਪੈਸੀਫਿਕ ਤੁਸੀਂ ਜਵਾਬ ਦਿੱਤਾ ਸੀ ਕਿਹਾ ਸੀ ਸਿੱਖਾਂ ਨੂੰ ਆਰਟੀਕਲ 25 ਦੇ ਵਿੱਚ ਕੇਸਾਧਾਰੀ Hindu ਨਹੀਂ ਕਿਹਾ ਉਹਦੇ ਰਿਐਕਸ਼ਨ ਦੇ ਵਿੱਚ ਦਾ ਹਰਬੰਸ ਸਿੰਘ ਨੇ ਜੋ ਕੁਝ ਭੇਜਿਆ ਮੈਂ ਤੁਹਾਨੂੰ ਫਾਰਵਰਡ ਕਰਤਾ ਤੁਸੀਂ ਉਹਦੇ ਬਾਰੇ ਹੁਣ ਅੱਜ ਦੱਸੋ ਕੀ ਰਿਸਪੌਂਡਰ ਦੇਣਾ ਚਾਹੁੰਦੇ ਹੋ ਕਿਹੜੀਆਂ-ਕਿਹੜੀਆਂ ਗੱਲਾਂ ਦੇ ਉੱਤੇ ਸਰਦਾਰ ਹਰਬੰਸ ਸਿੰਘ ਅ ਠੀਕ ਨੇ ਤੇ ਕਿੰਨੀਆਂ ਗੱਲਾਂ ਤੇ ਉਹ ਗਲਤ ਨੇ ਜੀ ਪਲੀਜ਼ ਗੋ ਹੈਡ ਮੈਂ ਫੇਰ ਹੋ ਗਿਆ ਗੱਲ ਦੇ ਰਾਜ਼ ਨਾ ਕਰੇ ਇਹਨਾਂ ਨੂੰ ਕਿਤੇ ਵੀ ਕਿਸਾਦਾਰੀ ਹਿੰਦੂ ਨਹੀਂ ਕਿਹਾ ਗਿਆ ਤੇ ਉਹਨਾਂ ਨੇ ਜਿਹੜੇ ਸਰਦਾਰ ਹਰਬੰਸ ਸਿੰਘ ਆ ਚਲਾ ਹੁਣ ਅਜਲਾ ਸਾਕ ਕਹਾਂਗਾ ਉਹਨਾਂ ਨੇ ਸ਼ਾਰਟ ਦੇ ਵਿੱਚ ਉਹਨਾਂ ਨੇ ਕਿਸੇ ਵੀ ਇਸ ਗੱਲ ਨੂੰ ਉਹਨਾਂ ਨੇ ਵੀ ਇਸ ਦਾਅਵੇ ਨੂੰ ਨਹੀਂ ਦੁਹਰਾਇਆ ਕਿ ਤੇ ਉਹਨਾਂ ਦਾ ਜਿਹੜਾ ਹੈ ਮੇਨ ਜਿਹੜਾ ਕਨਸਰਨ ਮੈਂ ਨੋਟ ਕੀਤਾ ਹੈ ਉਹ ਇਹ ਹੈ ਕਿ ਉਹਨਾਂ ਨੇ ਜਿਹੜਾ ਆਰਟੀਕਲ 25 2 ਬੀ ਦੇ ਵਿੱਚ ਜਿਹੜਾ ਹੈ ਇੱਕ ਐਕਸਪਲੇਨੇਸ਼ਨ ਦੇ ਵਿੱਚ ਐਕਸਪਲੇਨੇਸ਼ਨ 2 ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ Hindu ਕਿਹਾ ਇਹ ਉਹਨਾਂ ਦਾ ਦਾਵਾ ਹੈ ਉਹ ਜਿਹੜਾ ਇਹਨਾਂ ਨੇ 3-4 ਵਾਰ ਜਿਹੜੇ ਆਪਣੇ ਦਾਅਵੇ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਵੇਂ ਮੈਂ ਉਹਨਾਂ ਦੇ ਪੜ੍ਹਦੇ ਨਾ ਤੁਹਾਨੂੰ ਕਿ ਸਿੱਖ ਧਰਮ ਦੀ ਆਜ਼ਾਦੀ ਅਡਰੀ ਨਿਰਾਲੀ ਹੋਣ ਦਾ ਭਾਰਤੀ ਸੰਵਿਧਾਨ ਵਿੱਚ ਕੀਤਾ ਸਫਾਇਆ ਦੂਸਰਾ ਕਹਿੰਦੇ ਹੈ ਜਿੰਨਾ ਤੱਕ ਸੰਵਿਧਾਨ ਦੀ ਐਕਸਪਲੇਨੇਸ਼ਨ 2 ਖਤਮ ਨਹੀਂ ਕੀਤੀ ਜਾਂਦੀ ਜਾਂ ਜੇ ਦੀ ਸੋਧ ਨਹੀਂ ਹੁੰਦੀ ਉਹਨੇ ਤੇ ਇੱਕ ਸਿੱਖ ਜੈਨ ਬੁੱਧ ਸੰਤੰਤਰ ਧਰਮ ਵਿਰਾਸਤ ਇੰਡੀਆ ਵਿੱਚ ਆਜ਼ਾਦ ਨਹੀਂ ਹੋ ਸਕਦੀ ਮੈਂ ਤੇ ਗੱਲ ਇਥੋਂ ਸ਼ੁਰੂ ਕਰਨਾ ਚਾਹਾਂਗਾ ਕਿ ਜਿੱਥੇ ਤੱਕ ਜੈਨ ਤੇ ਬੁੱਧ ਉਹਨਾਂ ਦਾ ਤਾਲੁਕ ਹੈ ਇਹਨਾਂ ਨੂੰ ਓਜਲਾ ਸਾਹਿਬ ਨੂੰ ਉਹਨਾਂ ਨੇ ਆਪਣਾ ਸਪੋਕਸਪਰਸਨ ਨਹੀਂ ਅਪਾਇੰਟ ਕੀਤਾ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਕੁਝ ਕਹਿਣ ਦਾ ਮੇਰੇ ਸਾਹਮਣੇ ਕੋਈ ਅਧਿਕਾਰ ਨਹੀਂ ਹੈ ਨਾ ਹੀ ਮੈਂ ਕਿਤੇ ਕਿਤੇ ਪੜਿਆ ਹੈ ਕਿਸੇ ਜੈਨ ਕਿਸੇ ਵਿਦਵਾਨ ਦਾ ਜਾਂ ਕਿਸੇ ਬੁੱਧਿਸਟ ਕਿਸੇ ਸਕਾਲਰ ਦਾ ਕਿ ਉਹਨਾਂ ਨੂੰ ਇਸ ਆਰਟੀਕਲ 25 ਦੇ ਨਾਲ ਕੋਈ ਪ੍ਰੋਬਲਮ ਹੈ ਜਾਂ ਕਨਸਟੀਟਿਊਸ਼ਨ ਦੀ ਹੋਰ ਵੀ ਕਿਸੇ ਆਰਟੀਕਲ ਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਮੈਂ ਸਵੇਲੇ ਦਾ ਹੋਰ ਵੀ ਇੱਕ ਹੋਰ ਪੁਆਇੰਟ ਹੈ ਜਿਹੜਾ ਮੈਂਸ਼ਨ ਕਰਨਾ ਚਾਹਾਂਗਾ ਕਿ ਇਸ ਵਕਤ ਇੱਕ ਜੈਨ ਜਿਹੜਾ ਹੈ ਅਮਿਤ ਸ਼ਾ ਜੀ ਉਹ ਇੰਡੀਆ ਦੇ ਹੋਮ ਮਿਨਿਸਟਰ ਉਹ ਬਿਲਕੁਲ ਇਸ ਪੋਜੀਸ਼ਨ ਦੇ ਵਿੱਚ ਹੈ ਕਿ ਇਸ ਆਰਟੀਕਲ ਨੂੰ ਉਹ ਜਿਆਦਾ ਅਮੈਂਡ ਕਰਵਾ ਸਕਦਾ ਇਹ ਜਿਹੜੀ ਵੀ ਐਕਸਪਲੇਨੇਸ਼ਨ ਅਗਰ ऑब्ਜੈਕਸ਼ਨੇਬਲ ਹੈ ਉਹਨਾਂ ਦੀ ਕਮਿਊਨਿਟੀ ਨੂੰ ਉਹਨੂੰ ਉਹ ਵਜ੍ਹਾ ਦੇ ਚੋਂ ਡਿਲੀਟ ਕਰਵਾ ਸਕਦੇ ਆ ਐਬ੍ਰੋਗੇਟ ਕਰ ਸਕਦੇ ਆ ਹੁਣ ਅੱਗੇ ਇਹਨਾਂ ਨੇ ਕਿਹਾ ਕਿ ਇਹ ਕੋਈ ਛੋਟੀ ਵਿਧਾਨਕ ਗਲਤੀ ਨਹੀਂ ਹੈ ਇਹ ਸਿੱਖ ਜੈਨ ਬੋਧੀ ਨੂੰ Hindu ਧਰਮ ਦੇ ਘੇਰੇ ਵਿੱਚ ਲਿਆਉਣ ਲਈ ਜਾਣ ਬੁੱਝ ਕੇ ਕੀਤਾ ਗਿਆ ਸੀ ਇਸ ਵਿਧਾਨਕ ਪਰਿਭਾਸ਼ਾ ਦੇ ਬਹੁਤ ਹੀ ਚਲਾਕ ਗੁੰਦਾਰ ਇਹ ਜਿਹੜੀ ਪਹਿਲੇ ਜਦੋਂ ਅਸੀਂ ਲਾਸਟ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਸੀ ਡਿਟੇਲ ਦੇ ਵਿੱਚ ਕਿ ਕਨਸਟੀਟਿਊਸ਼ਨ ਬਣਾਉਣ ਤੋਂ ਪਹਿਲਾਂ ਇੱਕ ਕਨਸਟੀਟੂਐਂਟ ਅਸੈਂਬਲੀ ਬਣਾਈ ਗਈ ਸੀਗੀ ਬ੍ਰਿਟਿਸ਼ ਗਵਰਨਮੈਂਟ ਦੁਆਰਾ ਉਹ ਕਈ ਸਾਲ ਜਿਹੜੇ ਉਹਨਾਂ ਨੇ ਸਾਰੇ ਕਲਾਕਲੇ ਆਰਟੀਕਲ ਨੂੰ ਉਹਨਾਂ ਨੇ ਬਣਾਉਣ ਤੋਂ ਪਹਿਲਾਂ ਉੱਤੇ ਬਹੁਤ ਲੰਬੀਆਂ ਚੌੜੀਆਂ ਡਿਸਕਸ਼ਨਸ ਹੋਈਆਂ ਉਸ ਕਨਸਟੀਟੂਐਂਟ ਅਸੈਂਬਲੀ ਦੇ ਵਿੱਚ ਵੀ ਜਿਹੜੇ ਹੈ ਸਿੱਖ ਜਿਹੜੇ ਵਿਦਵਾਨ ਹੈ ਸਿੱਖ ਜਿਹੜੇ ਪਾਰਲੀਮੈਂਟਰੀਅਨ ਜਿਹੜੇ ਸੀਗੇ ਉਹ ਵੀ ਸ਼ਾਮਿਲ ਸੀਗੇ ਉਹਨਾਂ ਨੇ ਕਿਸੇ ਨੇ ਵੀ ਇਸ ਆਰਟੀਕਲ 25 ਤੇ ਕਿਸੇ ਵੀ ਪ੍ਰੋਬਲਮ ਤੇ ਕਿਸੇ ਵੀ ਇਹਦੀ ਧਾਰਾ ਤੇ ਉਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਰਤੋ ਜੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦਸਕਤ ਨਹੀਂ ਕੀਤੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਬਜੈਕਸ਼ਨ ਨਹੀਂ ਕੀਤਾ ਮੁੰਦਰੇ ਤੋਂ ਡਿਫਰੈਂਸ ਜੇ ਦਸਕਤ ਨਹੀਂ ਕੀਤੇ ਇਟ ਆਟੋਮੈਟਿਕਲੀ ਮੀਨਸ ਕਿ ਉਹ ਇਹਦੇ ਨਾਲ ਸਹਿਮਤ ਨਹੀਂ ਸੀ ਐਗਰੀ ਨਹੀਂ ਕਰਦੇ ਸੀ ਰਾਏ ਉਹ ਹੋਰ ਸਪਸ਼ਟ ਕਰ ਦਿੰਦੇ ਆਪਣੇ ਓਬਜੈਕਸ਼ਨ ਲਿਖ ਕੇ ਭੇਜ ਦਿੰਦੇ ਵੀ ਸਾਨੂੰ ਇਹਨੇ ਨਾ ਕਾਰਨਾ ਕਰਕੇ ਇਹ ਕਬੂਲ ਨਹੀਂ ਉਹ ਹੋਰ ਵੀ ਸਥਿਤੀ ਸਪਸ਼ਟ ਹੋ ਜਾਣੀ ਸੀ ਅੱਛੀ ਹੋ ਜਾਣੀ ਸੀ ਪਰ ਗੱਲ ਇਹ ਆ ਜੋ ਸਦਾ ਹਰਪੰਸ ਸਿੰਘ ਔਜਲਾ ਕਹਿੰਦੇ ਆ ਕਿ ਉਹਨਾਂ ਨੇ ਦਸਕਤ ਨਹੀਂ ਕੀਤੇ ਜੀ ਆ ਇਹ ਨਨਨੇ ਹਰਬੰਸਿੰਘ ਕੌਸਲਾ ਨੇ ਨਹੀਂ ਕੀਤਾ ਉਹਨਾਂ ਨੇ ਇੱਕ ਆਰਟੀਕਲ ਦਾ ਹਵਾਲਾ ਦਿੱਤਾ ਉਹ ਆਰਟੀਕਲ ਉਹਨਾਂ ਨੇ ਨਾਲ ਭੇਜਿਆ ਉਹ ਡਾਕਟਰ ਕਸ਼ਮੀਰ ਸਿੰਘ ਜਿਹੜੇ ਪ੍ਰੋਫੈਸਰ ਰਹੇ ਹਨ ਗੁਰਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਉਹਨਾਂ ਵੱਲੋਂ ਲਿਖਿਆ ਗਿਆ ਕੋਈ 20 ਪੇਜ ਦਾ ਆਰਟੀਕਲ ਹੈ ਇਹ ਜਿਹੜਾ ਦਾਵਾ ਹੈ ਉਸ ਆਰਟੀਕਲ ਦੇ ਵਿੱਚ ਕੀਤਾ ਗਿਆ ਕਿ ਉਹਨਾਂ ਨੇ ਇਸ ਤੇ ਕਨਸਟੀਟਿਊਸ਼ਨ ਤੇ ਉਹਨਾਂ ਨੇ ਆਪਣੇ ਨਹੀਂ ਦਸਖਤ ਕੀਤੇ ਰਾਈਟ ਪਰ ਉਹਨਾਂ ਦਾ ਸੀ ਉਹਨਾਂ ਦੀ ਜਿਹੜੀ ਆਬਜੈਕਸ਼ਨ ਆਰਟੀਕਲ 25 ਦੇ ਉੱਤੇ ਨਹੀਂ ਸੀ ਉਹਨਾਂ ਦੀ ਸੀ ਕਿ ਉਹਨਾਂ ਨੂੰ ਜਿਹੜੇ ਸਿੱਖਾਂ ਨੂੰ ਸੇਫਗਾਰਡਸ ਨਹੀਂ ਦਿੱਤੇ ਗਏ ਇਹ ਸੇਫਗਾਰਡ ਦੀ ਜਿਹੜੀ ਮੈਂ ਉਹਨਾਂ ਨੇ ਜਿਹੜੀ ਡਿਟੇਲ ਨਹੀਂ ਇਹਦੇ ਵਿੱਚ ਕਿਤੇ ਵੀ ਨਹੀਂ ਦੱਸਿਆ ਕਿ ਇਹ ਸੇਫਗਾਰਡਸ ਕੀ ਚਾਹੁੰਦੇ ਸੀ ਨਾਲੇ ਜਦੋਂ ਮੈਂ ਹੁਣ ਇਹਨੂੰ ਤੁਹਾਨੂੰ ਬੈਕਗ੍ਰਾਉਂਡ ਇਸ ਵਰਡ ਦੀ ਬੈਕਗ੍ਰਾਉਂਡ 'ਚ ਲੈ ਕੇ ਜਾਣਾ ਇਹ ਪਹਿਲੀ ਵਾਰੀ 1917 ਦੇ ਵਿੱਚ ਸੁੰਦਰ ਸਿੰਘ ਮਜੀਠੀਆ ਉਹਨਾਂ ਨੇ ਮੰਗ ਰੱਖੀ ਸੀਗੀ ਆਏ ਬ੍ਰਿਟਿਸ਼ ਗਵਰਨਮੈਂਟ ਦੇ ਸਾਹਮਣੇ ਕਿ ਸਾਨੂੰ ਜਿਹੜੇ ਐ ਸਪੈਸ਼ਲ ਸੇਫਗਾਰਡਸ ਦਿੱਤੇ ਜਾਣ ਸਾਨੂੰ ਸਪੈਸ਼ਲ ਪ੍ਰਿਵਿਲੇਜਸ ਦਿੱਤੀਆਂ ਸਿੱਖਾ ਨੂੰ ਦਿੱਤੀਆਂ ਜਾਣ ਕਿਉਂਕਿ ਅਸੀਂ ਬ੍ਰਿਟਿਸ਼ ਗਵਰਨਮੈਂਟ ਦੇ ਬਹੁਤ loyal ਰਹੇ ਆ ਇਹਨਾਂ ਨੇ ਫਰਸਵਰਡ ਵਾਲ ਦੇ ਵਿੱਚ ਇਹਨਾਂ ਨੇ ਬਹੁਤ ਖੇidmat ਕੀਤੀ ਹੈ ਤੇ ਅਸੀਂ ਸਾਨੂੰ ਇਸ ਕਰਕੇ ਸਾਡੀ ਸਪੈਸ਼ਲ ਪੋਜੀਸ਼ਨ ਹੈ ਤੇ ਸਾਨੂੰ ਉਹ ਅਲੱਗ ਜਿਹੜੇ ਸਪੈਸ਼ਲ ਅਧਿਕਾਰ ਦਿੱਤੇ ਜਾਣ ਜਿਹੜਾ ਕਿ ਉਸ ਵਕਤ ਰਿਫਿਊਜ਼ ਕੀਤੇ ਗਏ ਫਿਰ ਆ ਕੇ ਨਾ ਨੇ ਫਿਰ ਡਿਮਾਂਡ ਉਠਦੀ ਰਹੀ ਕਿ ਸਾਨੂੰ ਸਪੈਸ਼ਲ ਜਿਹੜੇ ਸਿੱਖਾਂ ਨੂੰ ਰਾਈਟਸ ਦਿੱਤੇ ਜਾਣ ਪ੍ਰਿਵਿਲੇजेस ਦਿੱਤੇ ਜਾਣ ਫਿਰ 1946 ਦੇ ਵਿੱਚ ਦੁਆਰਾ ਇਹ ਮੰਗ ਜਦੋਂ ਉઠી ਜਦੋਂ ਕਿ ਕੈਬਨਿਟ ਮਿਸ਼ਨ ਆਂਡਿਆ ਆਇਆ ਜਿਹਨੂੰ ਕ੍ਰਿਪਸ ਮਿਸ਼ਨ ਵੀ ਕਹਿੰਦੇ ਹਨ ਉਹਨਾਂ ਨੇ ਆਪਣੀ ਜਿਹੜੀ ਜੋ ਪ੍ਰੋਪੋਜ਼ਲ ਦਿੱਤੀ ਉਹਦੇ ਵਿੱਚ ਸਿੱਖਾਂ ਨੂੰ ਉਹਨਾਂ ਨੇ ਕੋਈ ਸਪੈਸ਼ਲ ਰਾਈਟਸ ਨਹੀਂ ਦਿੱਤੇ ਜਦੇ ਕਰਕੇ ਸਿੱਖਾਂ ਨੇ ਜਿਹੜੇ ਸੀ ਪਹਿਲੇ ਕਿਹਾ ਕਿ ਅਸੀਂ ਜਿਹੜੇ ਕੰਸਟੀਟਿਊਐਂਟ ਅਸੈਂਬਲੀ ਇਹਦੇ ਬਾਇਕਾਟ ਕਰਾਂਗੇ ਪਰ ਫਿਰ ਮਹਾਤਮਾ ਗਾਂਧੀ ਤੇ مولانا ਅਬਦੁਲ ਕਲਾਮ ਆਜ਼ਾਦ ਉਹਨਾਂ ਨੇ ਨੂੰ ਸਪੈਸ਼ਲ ਰਿਕਵੈਸਟ ਕੀਤੀ ਕਿ ਤੁਹਾਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਕਿ ਅਸੀਂ ਤੁਹਾਡੇ ਜਿਹੜੇ ਜਸਟਿਸ ਇੰਟਰਸਟ ਹੈ ਜਿਹੜੇ ਵੇਲੇ ਤੁਹਾਡੇ ਜਾਇਜ਼ ਜਿਹੜੇ ਤੁਹਾਡੇ ਹੱਕ ਹੈ ਉਹਨਾਂ ਦੀ ਅਸੀਂ ਇੱਥੇ ਪੂਰੀ ਦੇਖੇ ਤੇ ਕਰਾਂਗੇ ਓਨ ਟੇਕ ਦਿਸ ਇਨ ਕਨਸਿਡਰੇਸ਼ਨ ਇਸ ਕਰਕੇ ਸਿੱਖ ਜਿਹੜੇ ਸੀਗੇ ਲੀਡਰਸ ਉਹਨਾਂ ਨੇ ਕਨਸਟਿਟੈਂਟ ਅਸੈਂਬਲੀ ਦੇ ਵਿੱਚ ਹਿੱਸਾ ਲਿਆ ਰਾਈਟ ਪਰ ਉਹਨਾਂ ਨੇ ਦਸਤਖਤ ਨਹੀਂ ਕੀਤੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਨਸਟਿਚਿਊਸ਼ਨ ਨੂੰ ਮੰਨਿਆ ਨਹੀਂ ਕਿਉਂਕਿ ਉਹ ਸਾਰੇ ਉਸ ਤੋਂ ਬਾਅਦ ਵੀ ਇਹ ਕਨਸਟਿਚਿਊਸ਼ਨ ਦੇ ਜਿਹੜੇ ਇਹ ਦੇ ਸੌ ਚੁੱਕੇ ਹੀ ਆਪਣੇ ਅੱਗੇ ਆਪਣੇ ਉਹਦਿਆਂ ਤੇ ਬਣੇ ਰਹੇ ਇਹ ਜਿਹੜਾ ਕਿ ਸਿੰਬੋਲਿਕ ਨੂੰ ਜਿਹੜਾ ਹੈ ਉਹਨੂੰ ਜਿਹੜਾ ਉਹਨਾਂ ਨੇ ਸਾਈਨ ਨਹੀਂ ਕੀਤੇ ਇਹਨੂੰ ਸਿੰਬੋਲਿਕ ਲੈ ਕੇ ਚੱਲਣਾ ਚਾਹੀਦਾ ਹੈ ਹੁਣ ਮੈਂ ਤੁਹਾਨੂੰ ਵਾਪਸ ਲੈ ਕੇ ਆਂਦਾ ਜਿਹੜਾ ਹਰਬੰਸ ਸਿੰਘ ਔਜਲਾ ਜੀ ਸਾਹਿਬ ਨੇ ਜਿਹੜਾ ਸਾਨੂੰ ਭੇਜਿਆ ਜਿਹੜਾ ਡਾਕਟਰ ਕਸ਼ਮੀਰ ਸਿੰਘ ਦਾ ਆਰਟੀਕਲ ਹੈ ਇਹ ਆਰਟੀਕਲ ਆਪਣੇ ਆਪ ਦੇ ਵਿੱਚ ਮੇਰੇ ਹਿਸਾਬ ਨਾਲ ਬਹੁਤ ਕੰਟਰਡਿਕਸ਼ਨਸ ਨਾਲ ਤੇ ਇਵਨ ਗਲਤੀਆਂ ਨਾਲ ਵੀ ਭਰਿਆ ਹੈ ਇਹਨਾਂ ਆਰਟੀਕਲ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਦਾਵਾ ਕਰਦੇ ਹਨ ਕਿ ਜਿਹੜੇ ਕਿ ਕੇਐ ਮੁੰਸ਼ੀ ਸੀਗੇ ਇੱਕ ਜੜੀ ਹੈ ਜ ਉਹਦੇ ਵਿੱਚ ਕੰਸਟੀਟਿਊਐਂਸੀ ਅਸੈਂਬਲੀ ਦੇ ਜਿਹੜੇ ਮੈਂਬਰ ਸੀਗੇ ਉਹ ਬਹੁਤ ਹਿੰਦੂਵਾਦੀ ਸੀਗੇ ਤੇ ਉਹਨਾਂ ਨੇ ਹਿੰਦੂਇਜ਼ਮ ਨੂੰ ਇੱਕ ਪ੍ਰੋਮਿਨੈਂਟ ਰਿਲੀਜਨ ਬਣਾ ਦਿੱਤਾ ਕਿ ਆਰਟੀਕਲ 25 ਦੇ ਵਿੱਚ ਉਹਨੂੰ ਰਾਈਟ ਪਰ ਉਹਨੇ ਇੱਕ ਪੁਆਇੰਟ ਤੇ ਇਹ ਹੈ ਕਿ ਹਿੰਦੂਇਜ਼ਮ ਨੂੰ ਪ੍ਰੋਮਿਨੈਂਟ ਰਿਲੀਜੀਅਨ ਬਣਾਉਣ ਦੀ ਲੋੜ ਨਹੀਂ ਸੀ ਜਿੱਥੇ ਦੀ ਪਾਪੂਲੇਸ਼ਨ ਜਿਸ ਕੰਟਰੀ ਦੀ 85% ਜਿਹੜੇ ਤਰ੍ਹਾਂ ਨੂੰ ਫੋਲੋ ਕਰਦੀ ਹੈ ਉਹ ਆਪਣੇ ਆਪ ਛੀ ਪ੍ਰੋਮਿਨੈਂਟ ਰਿਲੀਜੀਅਨ ਬਣ ਜਾਂਦਾ ਹੈ ਰਾਈਟ ਉਹਨਾਂ ਨੇ ਕਿਹਾ ਕਿ ਨੂੰ ਪਰ ਇਹ ਇਸ ਗੱਲ ਕਿ ਗਲਤੀ ਹੈ ਜੇ ਪ੍ਰੋਮਿਨੈਂਟ ਵੀ ਹਲੁਮਨ ਵੀ ਲਈਏ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਹੈ ਜ ਸਿੱਖ ਸੰ ਬੁੱਧ ਸੰ ਤੇ ਜੈਨੀਸਮ ਨੂੰ ਸਬਸਿਡੀਰੀ ਰਿਲੀਜੀਅਨਸ ਬਣਾ ਦਿੱਤਾ ਇਹ ਡਾਕਟਰ ਕਸ਼ਮੀਰ ਸਿੰਘ ਦਾ ਦਾਵਾ ਹੈ ਜੇ ਬੜੀ ਗੱਲ ਅਜੀਬ ਹੈ ਕਿ ਜਦ ਅਸੀਂ ਪਿਛਲੀ ਵਾਰੀ ਪ੍ਰੋਗਰਾਮ ਚ ਵੀ ਡਿਸਕਸ ਕੀਤਾ ਸੀ ਕਿ ਸਿੱਖਸ ਨੂੰ ਉਹਨਾਂ ਨੇ ਕਿਰਪਾਨ ਰਖੰਦੀ ਜਿਹੜੀ ਹੈ ਇਹਦੇ ਚ ਆਰਟੀਕਲ 25 ਦੇ ਵਿੱਚ ਜਿਹੜਾ ਫੰਡਮੈਂਟਲ ਰਾਈਟ ਦੇ ਵਿੱਚ ਉਹਨੂੰ ਸ਼ਾਮਿਲ ਕਰ ਦਿੱਤਾ ਗਿਆ ਰਾਈਟ ਤੇ ਉਹਨਾਂ ਦੇ ਦੂਸਰੇ ਪਾਸੇ ਉਹਨਾਂ ਨੇ ਰੈਸਟ੍ਰਿਕਸ਼ਨ ਲਗਾਈ ਹਿੰਦੂਆਂ ਤੇ ਰੈਸਟ੍ਰਿਕਸ਼ਨ ਲਗਾਈ ਕਿਉਂ ਉਹਨਾਂ ਨੇ ਆਪਣੇ ਜਿਹੜੇ ਟੈਂਪਲਸ ਆ ਉਹ ਖੋਲ੍ਹਨੇ ਵਾਸਤੇ ਪਬਲਿਕ ਦੇ ਲਈ ਉੱਤੇ ਕੋਈ ਪਾਬੰਦੀ ਨਹੀਂ ਇਹ ਜਿਹੜੀ ਪਾਬੰਦੀ ਹੈ ਇਹ ਜਿਹੜੇ ਤੀਸਰੇ ਤਿੰਨ ਤਰ੍ਹਾਂ ਹੈ ਔਰ ਐਚਏ ਐਸਐਮ ਪੁਆਇੰਟ ਤੇ ਹੋਰ ਵੀ ਇੰਟਰਸਟਿੰਗ ਕਿ ਡਾਕਟਰ ਕਸ਼ਮੀਰ ਸਿੰਘ ਵੀ ਮੰਨਦੇ ਆ ਕਿ ਆਰਟੀਕਲ 25 ਦੋ ਤਿੰਨ ਜਗ੍ਹਾ ਤੇ ਸਿੱਖ ਰਿਲੀਜਨ ਨੂੰ ਬਿਲਕੁਲ ਸੈਪਰੇਟ ਰਿਲੀਜਨ ਮੰਨਦਾ ਹੈ ਰਾਈਟ ਜੇ ਉਹਨਾਂ ਨੇ ਉਹਨਾਂ ਵੇਪਸਾਣਾ ਕਿ ਜਿਹੜੀ ਪਾਬੰਦੀ ਲੱਗੀ ਐ ਉਹ ਪ੍ਰੋਮਿਨੈਂਟ ਸੋ ਕਾਲਡ ਪ੍ਰੋਮਿਨੈਂਟ ਰਿਲੀਜਨ ਤੇ ਲੱਗੀ ਕਿ ਆਪਣੇ ਤੁਸੀਂ ਟੈਂਪਲ ਖੋਲੋ ਆਪਣੇ ਸਾਰੇ ਪਬਲਿਕਲੀ ਤੁਹਾਨੂੰ ਤੁਹਾਡੇ ਟੈਂਪਲ ਖੁੱਲੇ ਆ ਇਹ ਰੈਸਟ੍ਰਿਕਸ਼ਨ ਇਤਨਾ ਤੇ ਦੂਸਰੇ ਰਿਲੀਜਨਸ ਤੇ ਨਹੀਂ ਲੱਗੀ ਹੁਣ ਜੇ ਜੇ ਵਪਸਿਆ ਨੂੰ ਪ੍ਰੈਕਟਿਸ ਦੇ ਵਿੱਚ ਵੀ ਦੇਖ ਲਈਏ ਰਾਈਟ ਕਿ ਜੇ ਨੀਅ ਰੈਸਟ੍ਰਿਕਸ਼ਨਸ ਇਜ਼ ਨੀਅਰ ਸਾਰਿਆ ਹਿੰਦੂਆਂ ਤੇ ਲੱਗਦੀ ਹਿੰਦੂਆਂ ਦੇ ਜਿਹੜੇ ਹੈਗੇ ਆ ਉਹ ਜਿਹੜੇ ਟੈਂਪਲਸ ਜਿਹੜੇ ਮੇਨ ਟੈਂਪਲਸ ਹੈ ਉਹ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਆ ਮੈਂ ਤੇ ਥਿਰੂਪਤੀ ਹੋਏ ਚਾਏ ਮਾਤਾ ਵੈਸ਼ਨੋ ਦੇਵੀ ਹੋਏ ਹੋਰ ਕਈ ਟੈਂਪਲ ਮੰਨ ਕੋਈ ਇੱਕ ਟੈਂਪਲ ਘਰਾ ਦਿਓ ਜਿਹੜਾ ਬੁੱਧ ਸਿੱਖ ਕੋਈ ਗੁਰਦੁਆਰਾ ਹੈ ਕੋਈ ਹੈ ਜਿਹੜੇ ਸਿੱਖਾ ਗਵਰਨਮੈਂਟ ਦੇ ਅੰਡਰ ਹੈ ਤਮਿਲਨਾਡੂ ਦੇ ਕਈ ਟੈਂਪਲ ਉਹ ਗਵਰਨਮੈਂਟ ਨੇ ਢਾਹ ਰਹੀ ਹੈ ਹਿੰਦੂਆਂ ਦੇ ਕੋਈ ਕੋਈ ਪ੍ਰੋਬਲਮ ਨਹੀਂ ਆ ਰਹੀ ਰਾਈਟ ਤੇ ਹੁਣ ਦੂਸਰੇ ਪਾਸੇ ਜਿase ਦੇਖਿਏ ਤੇ ਮਨ ਜਿਹੜੀ ਗੱਲ ਕਰ ਰਹੇ ਆ ਡਾਕਟਰ ਕਸ਼ਮੀਰ ਸਿੰਘ ਜਿਹੜਾ ਦਾਵਾ ਕਰ ਰਹੇ ਆ ਕਿ ਪ੍ਰੋਮਿਨੈਂਟ ਬਣਾਤਾ ਉਹਨਾਂ ਨੂੰ ਜਿਹੜੇ ਦੂਸਰੇ ਸਿੱਖੀ ਸੰਗ ਨੂੰ ਉਹਨਾਂ ਨੇ ਹਿੰਦੂਆਂ ਸੰਤ ਅੰਡਰ ਕਰਤਾ ਇਹ ਮੇਰੇ ਹਿਸਾਬ ਦੇ ਨਾਲ ਦਾਵਾ ਬਿਲਕੁਲ ਗਲਤ ਹੈ ਰਜਿੰਦਰ ਜੀ ਹਾਂਜੀ ਮੈਂ ਤੁਹਾਨੂੰ ਇੱਥੇ ਇਹ ਪੁੱਛਣਾ ਚਾਹੁੰਦਾ ਆ ਵੀ ਤੁਸੀਂ ਕੰਪੈਰੀਸਨ ਦੇ ਰਹੇ ਹੋ ਕਿ ਜਿਹੜੇ ਹਿੰਦੂਆਂ ਦੇ ਟੈਂਪਲ ਆ ਦੇ ਆਰ ਕੰਟਰੋਲਡ ਬਾਈ ਦੀ ਗਵਰਨਮੈਂਟ ਗਵਰਨਮੈਂਟ ਦੇ ਕੰਟਰੋਲ ਚ ਨੇ ਸਿੱਖਾਂ ਦੇ ਗੁਰਦੁਆਰੇ ਗਵਰਨਮੈਂਟ ਦੇ ਕੰਟਰੋਲ ਚ ਨਹੀਂ ਪਰ ਤੁਹਾਨੂੰ ਮੈਂ ਇਹ ਯਾਦ ਕਰਵਾ ਦਿਆਂ ਆ ਪ੍ਰੋਫੈਸਰ ਸਾਹਿਬ ਪ੍ਰੀਤੋਸ਼ ਜੀ ਕਿ ਜਿਹੜੀ ਐਸਜੀਪੀਸੀ ਬਣੀ ਆ ਇਹ ਵੀ ਸਰਕਾਰ ਦੀ ਪਾਰਲੀਮੈਂਟ ਦੇ ਇੱਕ ਐਕਟ ਨਾਲ ਹੀ ਬਣੀ ਆ ਇਨਡਾਇਰੈਕਟਲੀ ਇੰਪਲਾਈਂਗ ਕਿ ਇਹ ਕੋਈ ਸਰਕਾਰ ਦੇ ਉਤੋਂ ਬਾਹਰ ਨਹੀਂ ਹੈਗੀ ਇੱਕ ਪ੍ਰੋਸੈਸ ਸੈੱਟ ਕਰਦਕ ਬੋਡੀ ਬਣਾਤੀ ਗਵਰਨਮੈਂਟ ਨੇ ਹੁਣ ਜਿੱਦਾਂ ਤੁਸੀਂ ਦੇਖੋ ਤਖਤ ਪਟਨਾ ਸਾਹਿਬ ਆ ਜਾਂ ਹੋਰ ਤਖਤ ਨੇ ਮਹਾਰਾਸ਼ਟra 'ਚ ਜੋ ਉਹਨਾਂ ਦੀਆਂ ਉਹਨਾਂ ਦੇ ਬੋਰਡ ਆ ਮੈਨੇਜਮੈਂਟ ਬੋਰਡ ਆ ਉਹ ਬੋਰਡ ਕੌਣ ਬਣਾਉਂਦਾ ਕੌਣ ਕੰਸਟੀਟਿਊਟ ਕਰਦਾ ਗਵਰਨਮੈਂਟ ਕਰਦੀ ਹੈ ਰਾਈਟ ਉਹ ਬਿਕੋਜ਼ ਉਹ ਉਹਦੇ ਉੱਤੇ ਉਹਨਾਂ ਉੱਤੇ ਐਸਜੀਪੀਸੀ ਦਾ ਕੰਟਰੋਲ ਨਹੀਂ ਜਦੋਂ ਕਿ ਐਸਜੀਪੀਸੀ ਦੀ ਮੰਗ ਹੈ ਕਿ ਸਾਰੇ ਦੇਸ਼ ਦੇ ਗੁਰਦੁਆਰਿਆਂ ਨੂੰ ਉਹਦੇ ਕੰਟਰੋਲ ਹੇਠ ਲਿਆਂਦਾ ਜਾਵੇ ਹੁਣ ਹਰਿਆਣਾ ਦੀ ਵੱਖਰੀ ਇਹ ਜੀਪੀਸੀ ਬਣ ਗਈ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਸੋ ਇਹ ਕਹਿਣਾ ਕਿ ਜੀ ਹਿੰਦੂਆਂ ਦੇ ਟੈਂਪਲਸ ਤੇ ਤਾਂ ਗਵਰਨਮੈਂਟ ਦਾ ਕੰਟਰੋਲ ਆ ਤੇ ਸਿੱਖਾਂ ਦੇ ਟੈਂਪਲਸ ਤੇ ਅਮ ਗੁਰਦੁਆਰਿਆਂ ਤੇ ਗਵਰਨਮੈਂਟ ਦਾ ਕੰਟਰੋਲ ਹੈ ਨਹੀਂ ਇਸ ਕਰਕੇ ਉਹ ਜ਼ਿਆਦਾ ਆਜ਼ਾਦ ਹੈ ਦਿਸ ਇਜ਼ ਅਨਫੇਅਰ ਇਹ ਕੋਈ ਤੇਰੀ ਦਲੀਲ ਚ ਮੇਰੇ ਭਰਾ ਕੋਈ ਬਹੁਤਾ ਮੈਨੂੰ ਵਜ਼ਨ ਨਹੀਂ ਲੱਗਿਆ ਜੀ ਤਾਂ ਨਹੀਂ ਮੇਰਾ ਹੈ ਮੈਂ ਇਹਨੂੰ ਐਗਜ਼ਾਮਪਲ ਦਿੱਤਾ ਸੀਗਾ ਰਾਈਟ ਕੇ ਜਿਹੜੇ ਪ੍ਰੋਮਿਨੈਂਟ ਜਿਹੜੇ ਹੈ ਜਿਹਨੂੰ ਕਿਹਾ ਜਾ ਰਿਹਾ ਹੈ ਜਿਹੜਾ ਧਰਮ ਹੈ ਉਹਦੇ ਇੰਸਟੀਚਿਊਸ਼ਨ ਜਿਹੜੇ ਹੈਗੇ ਆ ਉਹ ਗਵਰਨਮੈਂਟ ਕੰਟਰੋਲ ਕਰ ਰਹੀ ਹੈ ਰਾਈਟ ਉਹਨਾਂ ਤੇ ਰਿਸਟ੍ਰਿਕਸ਼ਨਸ ਆ ਰਾਈਟ ਇਹ ਜਦ ਕੀ ਹੋ ਰਿਸਟ੍ਰਿਕਸ਼ਨਸ ਦੂਸਰੇ ਧਰਮਾਂ ਤੇ ਨਹੀਂ ਹੈ ਰਾਈਟ ਫਿਰ ਉਹ ਦਾ ਦਾਵਾ ਕਰਦੇ ਆ ਕਿ ਜਿਹੜਾ ਹੈ ਜਿਹੜੀ ਇਹ ਇਸਰਕੇ ਗਲਤ ਕੀਤਾ ਗਿਆ ਕਿ ਸਿੱਖੀ ਦੇ ਵਿੱਚ ਕਾਸਿਜ਼ਮ ਨਹੀਂ ਹੈ ਇਹ ਇਕੈਲੀਟੇਰੀਅਨ ਤਰਮ ਹੈ ਇਹਦੇ ਟੈਂਪਲਸ ਦੇ ਉੱਤੇ ਕੋਈ ਗੁਰਦੁਆਰੇ ਦੇ ਉੱਤੇ ਐਂਟਰੀ ਉੱਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਮੈਂ ਤੁਹਾਨੂੰ ਡਾਕਟਰ ਕਸ਼ਮੀਰ ਸਿੰਘ ਨੂੰ ਯਾਦ ਲਾਣਾ ਚਾਹਾਂਗਾ ਕਿ ਸੰਨ 1947-1940 ਤੋਂ ਕੰਸਟੀਟਿਊਐਂਟ ਅਸੈਂਬਲੀ ਦਾ ਹੋਇਆ ਸੀ ਗਠਨ ਉਸ ਤੋਂ ਪਹਿਨ 1920 ਤੱਕ ਜੇ ਜਹਾਂਦਰਵਾੜ ਸਾਹਿਬ ਦੇ ਵਿੱਚ ਇਹਨਾਂ ਦੇ ਦਲਿਸ ਦੀ ਐਂਟਰੀ ਉੱਤੇ ਬੈਨ ਸੀਗਾ রাইਟ ਤੇ ਇਹਨਾਂ ਇਹ ਗੱਲ غلط ਹੈ ਤੇ ਉਹ ਤੋਂ 20 25 ਸਾਲ ਬਾਅਦ ਹੀ ਜਿਹੜੀ ਹੈ ਕੰਸਟਿਟਿਊਐਂਟ ਅਸੈਂਬਲੀ ਬਣੀ ਸੀ ਤੇ ਦਾਵਾ ਗਲਤ ਕਰਨਾ ਗਲਤ ਹੈ ਕਿ ਕਦੀ ਕਦੀ ਦਾਵਾ ਉੱਤੇ ਨਹੀਂ ਰਹੀ ਕੋਈ پابੰਦੀ ਨਹੀਂ ਰਹੀ ਜੇ ਤੇ ਕਾਸਟਿਜ਼ਮ ਦੀ ਗੱਲ ਹੈ ਸਿੱਖਾਂ ਦੇ ਦੇ ਗਾਰੰਟੀਟੇਨ ਦੀ ਗੱਲ ਹੈ ਤਮੇਰਾ ਖਿਆਲ ਹੈ ਜੇ ਬਹੁਤ ਹੀ ਗਲਤ ਹੋ ਗਿਆ ਦਾਵਾ ਹੈ ਕਿਉਂਕਿ ਜਿੰਨਾ ਹਿੰਦੂਆਂ ਦੇ ਵਿੱਚ ਜਿੰਨਾ ਕਾਸਟਿਸਮ ਹੈ ਮੇਰਾ ਖਿਆਲ ਹੁੰਦਾ ਕਿ ਕਾਸਟਿਸਮ ਸਿੱਖ ਸੰਦੇ ਵਿੱਚ ਹੈ ਮੈਂ ਤੇ ਨਾਲ ਤੁਹਾਡੇ ਨਾਲ ਪ੍ਰੋਫੈਸਰ ਜੀ ਬਿਲਕੁਲ ਐਗਰੀ ਕਰਦਾ ਇਸ ਮੁੱਦੇ ਤੇ ਭਾਵੇਂ ਗੁਰਬਾਣੀ ਦੇ ਵਿੱਚ ਕਾਸਟਿਸਮ ਨਹੀਂ ਮੰਨਿਆ ਗਿਆ ਨਕਾਰਿਆ ਗਿਆ ਪਰ ਪ੍ਰੈਕਟੀਕਲ ਸ਼ੇਪ ਦੇ ਵਿੱਚ ਜਿਹੜਾ ਸਿੱਖ ਸਮਾਜ ਹੈ ਉਹ ਗੁਰਬਾਣੀ ਦੇ ਮੁਤਾਬਕ ਨਹੀਂ ਚੱਲ ਰਿਹਾ ਉਹ ਕਾਸਟਿਜ਼ਮ ਨੂੰ ਦੂਰ ਨਹੀਂ ਕਰ ਸਕਿਆ ਤੁਸੀਂ ਦੇਖੋ ਗੁਰ ਪਿੰਡਾਂ ਦੇ ਵਿੱਚ ਕਾਸਟ ਅਧਾਰਿਤ ਜਾਤ ਅਧਾਰਿਤ ਗੁਰਦੁਆਰੇ ਆ ਚਾਰ ਚਾਰ ਪੰਜ ਪੰਜ ਆ ਜਾਤ ਅਧਾਰਿਤ ਸ਼ਮਸ਼ਾਨ ਘਟਾਂ ਸੋ ਇਹ ਕਹਿਣਾ ਕਿ ਜਿਹੜੇ ਹੁਣ ਤੁਸੀਂ ਮੈਨੂੰ ਜ਼ਿਕਰ ਕਰ ਰਹੇ ਸੀ ਜਿਵੇਂ ਡਾਕਟਰ ਕਸ਼ਮੀਰ ਸਿੰਘ ਨੇ ਕਿਹਾ ਜੀ ਸਿੱਖੀਜ਼ਮ ਦੇ ਵਿੱਚ ਕਾਸਟਿਜ਼ਮ ਹੈ ਨਹੀਂ ਬਿਥ ਥ੍ਰੈਟਿਕਲੀ ਹੈ ਨਹੀਂ ਪ੍ਰੈਕਟੀਕਲੀ ਤਾਂ ਹੈਗਾ ਥਿਉਰੀਆਂ ਤੁਸੀਂ ਜਿੰਨੀਆਂ ਮਰਜ਼ੀ ਬਣਾਈ ਚਲੋ ਉਸ ਥਿਉਰੀ ਤੇ ਜੋ ਗੁਰੂ ਸਾਹਿਬਾਨ ਨੇ ਦਿੱਤੀ ਚਲਦੇ ਤੁਸੀਂ ਉਹ ਤੇ ਹੈ ਨਹੀਂ ਜਾਤ ਪਾਤ ਚ ਸਾਰਾ ਸਿੱਖ ਸਮਾਜ ਵੰਡਿਆ ਪਿਆ ਜਿਹੜੇ ਦਲੇਤਾ ਉਹ 크੍ਰਿਸਚਨ ਬਣ ਰਹੇ ਆ ਜਿਹੜਾ ਹਾਵੀ ਧੜਾ ਜਿਆਦਾ ਹਾਵੀ ਕਾਸਟਸ ਨੇ ਜੜੀਆਂ ਉਹ ਜੜੀਆਂ ਵਿੱਕਰ ਕਾਸਟਸ ਆ ਉਹਨਾਂ ਨੂੰ ਦਬਾਉਂਦੀਆਂ ਕਿੱਥੇ ਕਿਹਾ ਗੁਰੂ ਸਾਹਿਬ ਨੇ ਵੀ ਤੁਸੀਂ ਜਿਹੜੀ ਛੋਟੀ ਜਾਤ ਜੇ ਕੋਈ ਗਿਣੀ ਜਾਂਦੀ ਹੈ ਸੋ ਕਾਲਡ ਉਹਨੂੰ ਤੁਸੀਂ ਗੁਰਦੁਆਰੇ ਨਾ ਵੜਨ ਦਿਓ ਜਾਂ ਉਹਨੂੰ ਤੁਸੀਂ ਸ਼ਮਸ਼ਾਨ ਘਾਟ 'ਚ ਕਰਮੇਸ਼ਨ ਨਾ ਕਰਨ ਦਿਓ ਸੋ ਇਹ ਇਹ ਵੀ ਮੁੱਦੇ ਹੈਗੇ ਆ ਮੈਂ ਤੁਹਾਡੇ ਨਾਲ ਸਹਿਮਤ ਆ ਇਸ ਗੱਲ ਤੇ ਜੀ ਅੱਗੇ ਬੋਲੋ ਹਾਂ ਮੈਂ ਐਸੀ ਪੁਆਇੰਟ ਨੂੰ ਹੋਰ ਥੋੜਾ ਜਿਹਾ ਅੱਗੇ ਲੈ ਕੇ ਚੱਲਦਾ ਹਾਂ ਕਿ ਕਿਸ ਕਹਿੰਦੇ ਆ ਕਿ ਕਾਸਿਜ਼ਮ ਨਹੀਂ ਆ ਹੁਣ ਨਾਲੇ ਜਿਹੜਾ ਜਿਹੜਾ ਅਮਰਿਤਪਾਲ ਸਿੰਘ ਜੀ ਦਾ ਨਵਾਂ ਇੱਕ ਫੀਨੋਮੈਨਨ ਸ਼ੁਰੂ ਹੋਇਆ ਹੈ ਔਰ ਰੀਸੈਂਟਲੀ ਉਥੇ ਪਿੰਡ ਰੋਡੇ गए ਸੀਗੇ ਜਨਰ ਸਿੰਘ ਪਿੰਡ ਰੋਡ ਵਾਲਿਆਂ ਨੇ ਉਹ ਪਿੰਡ गए ਸੀਗੇ ਉਸ ਬਾਅਦ ਇੱਕ ਵੀਡੀਓ ਆਇਆ ਤੇ ਅੱਜ ਕੱਲ کافی ਦੇਖਣ ਚਾ ਰਹਿਆ ਆ ਉਹ ਲੋਕਲ ਜਿਹੜੇ ਹੈ ਪਿੰਡ ਵਾਲਿਆਂ ਦੀ ਇੰਟਰਵਿਊ ਕੀਤੀ ਗਈ ਕਿ ਉਹਨਾਂ ਨੇ ਇੱਥੇ ਰੋਡੇ ਆਏ ਸੀਗੇ ਤੇ ਉਹਨਾਂ ਨੇ ਗੱਲ ਕੀਤੀ ਕਿ ਸਾਰਿਆਂ ਸ਼ਾਮਲ ਹੋਣਾ ਚਾਹੀਦਾ ਹੈ ਤੋਂ ਨਾਲ ਨੇ ਦੱਸਿਆ ਜਿਹੜੇ ਪਿੰਡ ਵਾਲੇ ਹੈ ਕਿ ਇੱਥੇ 18 ਗੁਰਦੁਆਰੇ ਉਹ ਸਾਰੀ ਜਿਹੜੇ ਕੌਕਾਸ ਜਿਹੜੀ ਕਮਿਊਨਿਟੀਜ਼ ਆ ਉਹਨਾਂ ਦੇ ਅਲੱਗ-ਲੱਗ ਹਨ ਸ਼ਮਸ਼ਾਨ ਅਲੱਗ ਹੈ ਰਾਈਟ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਇੱਥੇ ਰੋਡੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਜਾਤ ਪਾਤ ਦੇ ਤਾਲ ਆਧਾਰ ਤੇ ਬਹੁਤ ਜ਼ਿਆਦਾ ਵਿਤਕਰਾ ਹੈ ਰਾਈਟ ਉਹਨਾਂ ਫਿਰ ਉਹ ਵਾਪਸ ਲੈ ਕੇ ਚੱਲਦਾ ਉਹਨਾਂ ਦੇ ਡਾਕਟਰ ਕਸ਼ਮੀਰ ਸਿੰਘ ਦੇ ਆਰਟੀਕਲ ਤੇ ਆਰਟੀਕਲ ਦੇ ਵਿੱਚ ਉਹਨਾਂ ਨੇ ਆਰਟੀਕਲ 25 ਨੂੰ ਪੂਰਾ ਕੀਤਾ ਸਾਈਟ ਕੀਤਾ ਹੈ ਤਾਂ ਉਹਨਾਂ ਨੇ ਇਸ 파ਰਟ ਚ ਜੋੜ ਪਾਇਆ ਹੈ ਕਿ ਇਹਦੇ ਤੇ ਲਿਖਿਆ ਹੈ ਆਰਟੀਕਲ 25 ਦੇ ਵਿੱਚ ਕਿ ਇਕਵੈਲਟੀ ਇਸੇ ਜੋੜਾ ਹੈ ਕਿ ਨਾਲੇ ਆਪਣੀ ਜਿਹੜੀ ਤੁਸੀਂ ਤੁਹਾਡਾ ਰਿਲੀਜੀਅਨ ਹੈ ਤੁਸੀਂ ਇਹਨੂੰ ਪੂਰਾ ਪ੍ਰੈਕਟਿਸ ਕਰ ਸਕਦੇ ਹੋ ਤੁਸੀਂ ਇਹਨੂੰ ਪ੍ਰੋਪਗੇਟ ਕਰ ਸਕਦੇ ਹੋ ਇਹ ਸ਼ਾਇਦ ਦੁਨੀਆ ਦੇ ਬਹੁਤ ਹੀ ਘੱਟ ਡੈਮੋਕ੍ਰੇਸੀ ਜਿਹੋ ਜਿਹੇ ਕਨਸਟੀਟਿਊਸ਼ਨ ਹੋਣਗੇ ਜਿੱਥੇ ਹਰ ਰਿਲੀਜੀਅਨ ਨੂੰ ਆਪਣੇ ਆਪ ਨੂੰ ਪ੍ਰੋਪਗੇਟ ਕਰਨ ਦੀ ਉਹਦਾ ਪ੍ਰੋਪਗੈਂਡਾ ਦੂਸਰੀ ਧਰਮਾਂ ਦੇ ਜਿਹੜੇ ਹੈ ਉਹਨਾਂ ਦੇ ਕਈ ਕਰ ਸਕਦੇ ਨੇ রাইਟ ਹੁਣ ਇਹ ਐਸੀ ਇਕੁਐਲਿਟੀ ਦੀ ਗੱਲ ਆ ਜੀ ਇਹ ਤੇ ਪੰਜਾਬ ਨੂੰ ਜੇ ਲੈ ਕੇ ਚਾਹੇ ਮੌਜੂਦਾ ਹਾਲਾਤ ਨੂੰ ਪਿਛਲੇ ਅਸੀਂ 50 ਸਾਲ ਦੇ ਨੂੰ ਲੈ ਕੇ ਚੱਲੀਏ ਤੇ ਜਿਹੜਾ ਇਹਨਾਂ ਦਾ ਪ੍ਰੋਪਗੇਸ਼ਨ ਦੀ ਗੱਲ ਹੈ ਇੱਥੇ ਸਿਰਫ ਬਹੁਤ ਜ਼ਿਆਦਾ ਪਾਬੰਦੀਆਂ ਕਿ ਜਿਹੜੇ ਤੇ ਨਿਰੰਕਾਰੀਆਂ ਤੇ ਜਿਹੜੇ ਡੇਰੇ ਵਾਲਿਆਂ ਤੇ ਜਿਹੜੇ ਕ੍ਰਿਸਚੀਅਨਿਟੀ ਦੇ ਜਿਹੜੇ ਹਿੰਦੂਇਜ਼ਮ ਦੇ ਕਈ ਜਿਹੜੇ ਹੈ ਸੰਪਰਦਾਏ ਹੈ ਰਾਈਟ ਉਹਨਾਂ ਉਤੇ ਬਹੁਤ ਪਿੱਛੇ ਪਾਬੰਦੀਆਂ ਰਹੀਆਂ ਹੁਣ ਵੀ ਜਿਹੜੀਆਂ ਉਹਨਾਂ ਤੇ ਬਹੁਤ ਜ਼ਿਆਦਾ ਪਾਬੰਦੀਆਂ ਕਿ ਤੁਸੀਂ ਆਪ ਵੀ ਤਾਂ ਜਾਣਦੇ ਹੋ ਮੈਨੂੰ ਤੁਸੀਂ ਕਹੇ ਪਾਬੰਦੀਆਂ ਦੱਸੋ ਪਰ ਦੋਸ ਜੀ ਇਹਨਾਂ ਦੇ ਕੀ ਪਾਬੰਦੀਆਂ ਪਾਬੰਦੀਆਂ ਤਾਂ ਸਾਡੇ ਸੰਵਿਧਾਨ ਦੇ ਮੁਤਾਬਕ ਲੱਗ ਹੀ ਨਹੀਂ ਸਕਦੀਆਂ ਦੱਸੋ ਕੀ ਕੀ ਪਾਬੰਦੀਆਂ ਇਹਨਾਂ ਸੰਪਰਾਦਾਇਆਂ ਦੇ ਜਾਂ ਨਿਰੰਕਾਰੀਆਂ ਤੇ ਨਿਰੰਕਾਰੀ ਇਹਨਾਂ ਕੁਝ ਹੋ ਵੀ ਗਿਆ ਉਹਨਾਂ ਨਾਲ ਹਜੇ ਵੀ ਉਹਨਾਂ ਦੇ ਜਿਹੜੇ ਕੇਂਦਰ ਹੈ ਸੈਂਟਰ ਹੈ ਪ੍ਰਚਾਰ ਦੇ ਉਹ ਚੱਲ ਰਹੇ ਆ ਕੋਈ ਵਿਤਕਰਾ ਨਹੀਂ ਕੋਈ ਕੋਈ ਪਾਬੰਦੀ ਨਹੀਂ ਮੇਰੇ ਹਿਸਾਬ ਨਾਲ ਜੇ ਮੈਨੂੰ ਇਹ ਸਪਸ਼ਟ ਕਰੋ ਹਾਂ ਨਹੀਂ ਇਹ ਤੇ ਮੈਨੂੰ ਪਾਬੰਦੀ ਵਰਡ ਇਹ ਹੈ ਕਿ ਮੈਨੂੰ ਇਹਦੇ ਦਾ ਵਿਰੋਧ ਕਰਨਾ ਚਾਹੀਦਾ ਪਾਬੰਦੀਆਂ ਇਸ ਕਰਕੇ ਆ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਡੇਰੇ ਵਾਲੇ ਹੈਗੇ ਆ ਉਹਨਾਂ ਦਾ ਨਾਮ ਚਰਚਾ ਨਹੀਂ ਕੀਤੀ ਕਰਨ ਜਾ ਰਹੀ ਰੈਲੀਟੀ ਨੂੰ ਉਹਨਾਂ ਨੂੰ ਆਪਣੇ ਜਿਹੜੇ ਆਗੇ ਆਏ ਉਹ ਆਪਣਾ ਕਾਰਨਾ ਚਾਹੁੰਦੇ ਆ ਕੰਗregationਸ ਕਰਨਾ ਚਾਹੁੰਦੇ ਆ ਉਹਨਾਂ ਨੇ ਕੀਤੇ ਦਿੱਤੇ ਜਾਂਦਾ ਕਈ ਜਿਹੜੇ ਪਿਛੇ ਸੋਨਾ ਚ ਆਇਆ ਹੈ ਜਿਹੜੇ ਅਸੀਂ ਵੀਡੀਓਜ਼ ਵਗਾਰਾ ਦੇਖਦੇ ਰਹੇ ਆ ਕਈ ਜਿਹੜੇ ਹਿੰਦੂ ਜਿਹੜੇ ਫੰਕਸ਼ਨਸ ਆ ਉਹਨਾਂ ਨੂੰ ਡਿਸਰਪਟ ਕੀਤਾ ਗਿਆ ਇੱਕ ਦੇ ਵਿੱਚ ਤੇ ਉਹ ਜਗਰਾਤੇ ਜੇ ਵੜ ਕੇ ਉੱਤੇ ਉਹਨਾਂ ਦੇ ਮੂਰਤੀ ਵਗਾਰਾ ਤੇ ਵੀ ਤੋੜ ਦਿੱਤੀ ਗਈ ਸੀ ਥਿਸ ਇਜ਼ ਥਿਸ ਇਜ਼ ਸਮਥਿੰਗ ਵੈਰੀ ਆਈਸੋਲੇਟਿਡ ਪ੍ਰਸੋਜੀ ਦੇਖੋ 크੍ਰਿਸਚੀਅਨਸ ਦੇ ਕੰਗਰਿਗੇਸ਼ਨਸ ਚੱਲ ਰਹੇ ਆ 크ਿਸਚੀਅਨਸ ਦੀ ਇੱਕ ਚਰਚ ਤੇ ਤਰਨਦਨ ਸਾਈਡ ਦੇ ਵਿੱਚ ਹਮਲਾ ਹੋਇਆ ਉਹਦੀ ਨਿੰਦਿਆ ਹੋਈ ਪੁਲਿਸ ਕੇਸ ਰਿਸਟਰ ਹੋਇਆ ਸਮ ਪੀਪਲ ਹੈਵ ਬੀਨ ਅਰੈਸਟਡ ਦੇਖੋ ਜਿਹੜਾ ਬਲੈਕ ਸ਼ੀਪ ਹੈਗੇ ਕਿਸੇ ਸਮਾਜ ਦੇ ਵਿੱਚ ਵੀ ਜਿਹੜਾ ਐਂਟੀ ਸੋਸ਼ੀਅਲ 엘ਮੈਂਟ ਆ ਉਹ ਕਿਤੇ ਵੀ ਕਾਰਵਾਈ ਕਰ ਦਿੰਦਾ ਨਾਊ ਟੂ ਸੇ ਕਿ ਮਹਿੰਦੂਆਂ ਦੇ ਜਗਰਾਤੇ ਜੇ ਹੋ ਗਿਆ ਜੀ ਪਾਰਟਿਕੂਲਰ ਪੰਜਾਬ ਵਿੱਚ ਇਹ ਇਹ ਥੋੜਾ ਜਿਹਾ ਤੁਸੀਂ ਨਾ ਆਈ ਥਿੰਕ ਮੈਂ ਤੁਹਾਨੂੰ ਮੈਂ ਫਿਰ ਨਮਾ ਕੇ ਬਰੀਫਲੀ ਇਤਿਹਾਸਾਂਗਾ ਕਿਉਂਕਿ ਇਸਨੇ ਸਾਰਾ ਇਹ ਤਾਂ ਆਰਟੀਕਲ ਤੋਂ ਅਸੀਂ ਆ ਰਹੇ ਹਾਂ ਪਰ ਇਹ ਹੁਕਮਨਾਮੇ ਇਸ਼ੂ ਹੋਏ ਹਨ ਅਕਾਲ ਤਖਤ ਤੋਂ ਨਿਰੰਕਾਰੀਆਂ ਦੇ ਖਿਲਾਫ ਸਾਨੂੰ ਬੋਲਾਂਗੇ ਡੇਰੇ ਦੇ ਖਿਲਾਫ ਉਹਦਾ ਡਿਸਪਿਊਟ ਹੈਗਾ ਹੀ ਆ ਦੈਟ ਮੀਨਸ ਅਨਦਰ ਰੋਡ ਕਿਤਾ ਸਿਕ ਇਨ ਨਿਰੰਕਾਰੀਆਂ ਉਹ ਤੁਸੀਂ ਟੱਚ ਨਾ ਕਰੋ ਤੁਸੀਂ ਹਜੇ ਆਪਣਾ ਜਿਹੜਾ ਪੁਆਇੰਟ ਆਫ ਡਿਸਕਸਸ਼ਨ ਆ ਉਹਨੂੰ ਸਰਦਾਰ ਹਰਬੰਸ ਸਿੰਘ ਔਜਲਾ ਨੇ ਜੋ ਰਿਐਕਸ਼ਨ ਦਿੱਤਾ ਉਹਦੇ ਸੰਦਰਭ ਚ ਗੱਲ ਕਰੋ ਬ੍ਰਾਡਨ ਨਾ ਕਰੋ बिकॉज ਫਿਰ ਇਹ ਤਾਂ ਭੁੰਡਾ ਦਾ ਖਖਰ ਆ ਛੜ ਜੇਗਾ ਫਿਰ ਹੋਰ ਐਂਗਲ ਤੇ ਚਲੇ ਜਾਵਾਂਗੇ ਕਹਿੰਦੇ ਹਾਂ ਠੀਕ ਹੈ ਤੁਸੀਂ ਠੀਕ ਆ ਰਾਈਟ ਯੂ ਆ ਰਾਈਟ ਠੀਕ ਹੈ ਮੈਂ ਉਹਨਾਂ ਉਹਨਾਂ ਦੇ ਜਿਹੜੇ ਔਜਲਾ ਸਾਹਿਬ ਨੇ ਜਿਹੜੇ ਭੇਜੇ ਆ ਆਪਣਾ ਬਣਾ ਕੇ ਉਹਨਾਂ ਨੇ ਜਿਹੜੀ ਪੋਸਟ ਭੇਜੀ ਹੈ ਉਹਦੇ ਵਿੱਚ ਉਹਨਾਂ ਨੇ ਚਾਰ ਜਿਹੜੇ ਐਕਟਸ ਆ ਉਹਨਾਂ ਨੂੰ ਮੈਂਸ਼ਨ ਕੀਤਾ ਹੈ ਹਿੰਦੂ ਮੈਰਿਜ ਐਕਟ ਹਿੰਦੂ ਟੌਪਸ਼ਨ ਐਕਟ ਹਿੰਦੂ ਸ सक्सेशन ਐਕਟ ਹਿੰਦੂ ਮਾਈਨੋਰਟੀ ਐਂਡ ਗਾਰਡੀਅਨਸ਼ਿਪ ਐਕਟ ਉਹਨਾਂ ਨੇ ਦਾਵਾ ਕੀਤਾ ਹੈ ਕਿ ਇਹ ਜਿਹੜੇ ਹੈਗੇ ਐਕਸ ਹੈਗੇ ਹਨ ਜਿਹੜੇ ਕਨਸਟੀਟਿਊਸ਼ਨ ਦੇ ਅੰਡਰ ਬਣੇ ਹਨ ਇਹਨਾਂ ਵਿੱਚ ਜਿਹੜਾ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਸਿੱਖਾਂ ਤੇ ਉਹ ਜਿਹੜੀ ਦੂਸਰੀ ਮਾਈਨੋਰਟੀ ਜਿਹੜੀ ਹੈਗੀ ਹੈ ਬੁੱਧਿਸਟ ਐਂਡ ਜੈਨਸ ਉਹਨਾਂ ਨੂੰ ਜਿਹਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਉਹਨਾਂ ਦਾ ਖਿਆਲ ਧਿਆਨ ਚ ਲਿਆਉਣਾ ਚਾਹਾਂਗਾ ਕਿ ਸਾਰੇ ਮੈਂ ਚਾਰੋਂ ਐਕਸ ਖੋਲ ਕੇ ਦੇਖੇ ਆ ਉਹਨਾਂ ਵਿੱਚ ਬਿਲਕੁਲ ਕਲੀਅਰਲੀ ਲਿਖਿਆ ਗਿਆ ਹੈ ਔਰ ਰਿਪੀਟਡਲੀ ਲਿਖਿਆ ਗਿਆ ਸਿਕ ਲਿਜਨ ਕੋਈ ਵੀ ਹੈਜਨੂ ਵੀ ਐਕਸੈਸ ਆਜ ਕੱਲ ਇੰਟਰਨੈਟ ਤੇ ਸਾਰੇ ਕੋਈ ਵੀ ਸੈਕਟਰ ਨੂੰ ਖੋਲ ਕੇ ਦੇਖ ਸਕਦੇ ਆ ਸਿੱਖ ਰਿਲੀਜੀਅਨ ਹਰ ਹਰ ਜੈ ਐਕਟ ਦੇ ਵਿੱਚ ਪੰਜ-ਪੰਜ ਵਾਰੀ ਲਿਖਿਆ ਗਿਆ ਹੈ। ਹਰ ਦਰਮ ਦੇ ਨਾਲ ਉਹਨਾਂ ਨੇ ਰਿਲੀਜੀਅਨ ਲਾਇਆ ਹੈ। ਰਾਈਟ ਇਹ ਤੇ ਨਾਲੇ ਇੱਕ ਹੋਰ ਹੀ ਬਹੁਤ ਇਤਿਹਾਸਿਆਲੀ ਗੱਲ ਕਰ ਦਿੱਤੀ ਹੈ। ਇਹ ਲਿਖਦੇ ਆ ਕਿ ਹੁਣ ਦੇਖੋ ਹਿੰਦੂ ਮਾਈਨੋਰਟੀ ਐਕਟ 1955 ਇਸ ਵਿੱਚ ਇਨਾਂ ਸਿੱਖਾਂ ਜੈਨੀਆਂ ਤੇ ਬੋਧੀਆਂ ਨੂੰ ਜ਼ਬਰਦਸਤੀ ਹਿੰਦੂਆਂ ਦੀ ਮਾਈਨੋਰਟੀ ਗੁਲਾਮ ਬਣਾ ਦਿੱਤਾ। ਤੇ ਮੁਸਲਮਾਨਾਂ, ਇਸਾਈਆਂ, ਪਾਰਸੀਆਂ ਨੂੰ ਇੰਡੀਆ ਦੀ ਆਜ਼ਾਦ ਸੁਤੰਤਰ ਤੰਤਰ ਮਿਨੋਰਟੀ ਮਾਨਤਾ ਦੇ ਦਿੱਤੀ ਗਈ ਇਹ ਕਿੰਨਾ ਹੀ ਹਾਸੋਏ ਨਾਲ ਇਹ ਦਾਵਾ ਹੈ ਇੱਕ ਦੇ ਵਿੱਚ ਮੇਨ ਪੁਆਇੰਟ ਜਿਹੜਾ ਹਿੰਦੂ ਮਾਈਨੋਰਟੀ ਜਿਹੜਾ ਐਂਡ ਗਾਰਡੀਅਨਸ਼ਿਪ ਐਕਟ ਹੈ ਉਹ ਮਾਈਨੋਰਟੀ ਰਿਲੀਜੀਅਸ ਮਾਈਨੋਰਟੀ ਬਾਰੇ ਨਹੀਂ ਉਹ ਬੱਚੇ ਦੀ ਏਜ ਬਾਰੇ ਹੈ ਮਾਈਨਰਸ ਦੇ ਬਾਰੇ ਹੈ ਰਾਈਟ ਉਹਦੀ ਡੈਫੀਨੇਸ਼ਨ ਤਾਂ ਕਿ ਇਹਨਾਂ ਨੇ ਪੜਾਂ ਦੀ ਨਹੀਂ ਜੇ ਮਤ ਕੀਤੀ ਕਿ ਉਹਦੇ ਮਾਈਨੋਰਟੀ ਮੀਨਸ ਐਜ਼ ਇਨ ਅ ਮਾਈਨਰ ਮਾਈਨਰ ਚਾਈਲਡ ਰਾਈਟ ਤੇ ਅਗਰ ਫਿਰ ਮਾਵਨ ਉਹਦੇ ਵਾਪਿਸ ਆਨ ਡਾਕਟਰ ਕਸ਼ਵੀ ਸਿੰਘ ਦੇ ਆਰਟੀਕਲ ਦੇ ਵਿੱਚ ਉਹਨਾਂ ਨੇ ਜਿਹੜੀ ਕਿਹਾ ਕਿ ਜਿਹੜਾ ਇਹ ਉਹਦਾ ਆਪਣੇ ਆਰਟੀਕਲ ਦੇ ਵਿੱਚ ਦਾਵਾ ਕੀਤਾ ਉਹਨਾਂ ਨੇ ਬੜੇ ਜ਼ੋਰ ਦੇ ਨਾਲ ਕਿ ਜਿਹੜੀ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਸੁਆਮੀ ਧਿਆਨੰਦ ਨੇ ਸ਼ੁਰੂ ਕੀਤੀ 19th ਸੈਂਚਰੀ ਦੇ ਲਾਸਟ ਕੁਆਟਰ ਦੇ ਵਿੱਚ ਰਾਈਟ ਇਹ ਬਹੁਤ ਹੀ ਅਜੀਬ ਜਿਹਾ ਕਲੇਮ ਹੈ ਰਾਈਟ ਉਹਦੇ ਸ਼ਾਮਿਲ ਕਰਨ ਦੀ ਇਹ ਹੈ ਕਿ ਮੈਂ ਲਗਾ ਇਹ ਦੱਸਣਾ ਚਾਹਾਂਗਾ 1855 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਪਹਿਲਾ ਸੈਂਸਸ ਕਰਵਾਇਆ ਸੀਗਾ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਉਹਦੇ ਵਿੱਚ ਦੋ ਕਮਿਊਨਿਟੀਆਂ ਦੇ ਉਹਨਾਂ ਨੇ ਸੈਂਸਸ ਦੇ ਵਿੱਚ ਸ਼ਾਮਿਲ ਕੀਤਾ ਸੀ ਹਿੰਦੂ ਤੇ ਮੁਸਲਮਾਨ ਰਾਈਟ 올 ਦਿਫਰਡ 1868 ਦੇ ਵਿੱਚ ਹੋਇਆ ਦੂਸਰਾ ਉਹਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਥੋੜਾ ਜਿਹਾ ਉਹਨਾਂ ਨੇ ਰੈਕੋਗਨਾਈਜ਼ ਕੀਤਾ ਕਿ 5% ਉਹਨਾਂ ਦੀ ਪਾਪੂਲੇਸ਼ਨ ਉਹਨਾਂ ਨੇ ਰੈਕੋਗਨਾਈਜ਼ ਕੀਤੀ ਰਾਈਟ ਹੁਣ 1855 ਤੇ 1818 ਦੇ ਵਿੱਚ ਇੱਕ ਬਹੁਤ ਵੱਡਾ ਇਵੈਂਟ ਹੋਇਆ ਜਿਹਨੂੰ ਅਸੀਂ 1857 ਦਾ ਗਦਰ ਕਹਿੰਦੇ ਆ ਰਾਈਟ ਜਿਹਦੇ ਵਿੱਚ ਜੇ ਕਿ ਜਿਹੜੀ ਉਹਨਾਂ ਨੇ ਹਿੰਦੂਆਂ ਤੋਂ ਉਹਨਾਂ ਨੇ ਬਹੁਤ ਖਲਾਫ ਹੋ ਗਏ ਬ੍ਰਿਟਿਸ਼ ਰਾਈਟ ਉਹਨਾਂ ਨੇ ਸਿੱਖਾਂ ਨੂੰ ਆਪਣੇ ਪ੍ਰਤੀਕਰਨਾ ਸ਼ੁਰੂ ਕਰ ਦਿੱਤਾ ਰਾਈਟ ਤੇ ਇਹ ਤੇ ਮੇਰਾ ਜੋ ਪੁਆਇੰਟ ਇਸ ਵਕਤ ਮੈਂ ਕਹਿੰਦਾ ਇਹ ਹੈ ਕਿ ਉਸ ਵਕਤ ਉਹਨਾਂ ਨੂੰ ਹਿੰਦੂਆਂ ਚ ਸ਼ਾਮਿਲ ਨਹੀਂ ਕਰਨ ਦੀ ਇੱਕ ਪ੍ਰਕਿਰਿਆ ਸ਼ੁਰੂ ਹਿੰਦੂਆਂ ਚੋਂ ਅਲੱਗ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ 1855 ਤੱਕ ਹਿੰਦੂ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਬ੍ਰਿਟਿਸ਼ ਨਹੀਂ ਗਿਣਿਆ ਰਾਈਟ ਕਿ ਜੇ ਨਾ ਦੋ ਕਿ ਬਾਅਦ ਵਿੱਚ ਵੀ ਲਾਸਟ ਜਿਹੜਾ ਮੈਂ ਕਹਿੰਦਾ 19th ਸੈਂਚਰੀ ਦਾ ਸੈਂਸਸ ਹੋ ਉਸ ਦੇ ਵਿੱਚ ਵੀ ਮੈਂ ਕਹ 1850 ਅਗਰ ਮੈਂ ਗਲਤ ਨਹੀਂ ਹਾਂ ਤੋਂ ਨਾ ਨੂੰ ਪਰੇਸ਼ਾਨੀ ਹੋ ਰਹੀ ਸੀ ਕਿ ਉਹਨਾਂ ਨੂੰ ਕਿੰਨਾ ਰਿਲੀਜਨ ਦੇ ਦੱਸਣ ਦੇ ਪਰ ਦੋਜੀ ਯੂ ਹੈਵ ਟੂ ਮਿੰਟਸ ਆ ਸੌਰੀ ਟੂ ਮਿੰਟਸ ਓਨਲੀ ਰਾਈਟ ਲੈਫਟ ਤੇ ਮੈਂ ਇਹ ਵੀ ਇਹ ਕਲੂਡ ਕਹਿ ਕੇ ਕਰਨਾ ਚਾਹਾਂਗਾ ਕਿ ਜਿਹੜੇ ਉਹਨਾਂ ਨੇ ਹੋਰ ਕਨਟਰਡਿਕਸ਼ਨ ਮੈਂਸ਼ਨ ਕਰਦੇ ਹੁਣ ਆਪਣੇ ਕੋਲ ਸਮਾਂ ਨਹੀਂ ਰਿਹਾ ਰਾਈਟ ਕਿ ਜਿਹੜੀ ਕਸ਼ਮੀਰ ਸਿੰਘ ਜੀ ਡਾਕਟਰ ਕਸ਼ਮੀਰ ਸਿੰਘ ਜੀ ਨੇ ਆਪਣੇ ਜਿਹੜੇ ਦਾਅਵੇ ਕੀਤੇ ਆ ਜਿਹੜੀ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਇਹਨਾਂ ਨੂੰ ਇਸ ਨੂੰ ਆਰਟੀਕਲ 25 ਦੀ ਜਿਹੜੀ ਧਾਰਾ ਹੈ ਜਿਹੜੀ ਦੇ ਸਬ ਸੈਕਸ਼ਨ ਐ ਨੂੰ ਕਰ ਦੇਣਾ ਚਾਹੀਦਾ ਰਿਪੀਲ ਕਰ ਦੇਣਾ ਚਾਹੀਦਾ ਉਹਦੇ ਬਿਲਕੁਲ ਹੀ ਕੋਈ ਕੋਈ ਵੀ ਰੀਜ਼ਨ ਹੀ ਬੰਦਾ ਰਾਈਟ ਸੋ ਯੂ ਸਟੈਂਡ ਫੋਰ ਆਰਟੀਕਲ 25 5 ਦੇ ਨਾਲ ਹੀ ਤੁਸੀਂ ਇਹ ਕਹਿੰਦੇ ਹੋ ਕਿ ਇਸ ਆਰਟੀਕਲ ਨੂੰ ਜਿਹੜੇ ਵੀ ਦੇ ਸਬਸੈਕਸ਼ਨਸ ਹੈਗੇ ਆ ਉਹਨਾਂ ਨੂੰ ਰਿਪੀਲ ਕਰਨ ਦੀ ਲੋੜ ਨਹੀਂ ਹੈਗੀ emirate right? yeah that's correct yes so is that matlab jo panthik leader keh rahe hain mang kar rahe hain tusi unna di mang naal sehmat nahi ho bilkul theek hai mike you means you are open to respond if objections are raised to your comment emirate right? you yeah, definitely yes definitely yes mike aur we kar jaldi nal kar de ha ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 1947 ਦਾ 1950 ਦਾ ਉਹ ਬਣੇ ਦਾ ਕਨਸਟੀਚਿਊਸ਼ਨ ਬਣੇ ਦਾ ਤੇ 1984 ਤੱਕ ਇੱਕ ਵੀ ਆਬਜੈਕਸ਼ਨ ਨਹੀਂ ਆਇਆ 1984 ਦੇ ਵਿੱਚ ਅਕਾਲੀ ਦਲ ਨੇ ਜਾ ਕੇ ਉਹ ਤੇ ਆਬਜੈਕਸ਼ਨ ਕੀਤਾ ਹਰਜਿੰਦਰ ਜੀ ਜੀ ਧੰਨਵਾਦ ਪ੍ਰੀਤੋ ਜੀ ਤੁਹਾਡਾ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆਪਣੇ ਵਿਚਾਰ ਦਿੱਤੇ ਜਿਸ ਤਰ੍ਹਾਂ ਦੇ ਵੀ ਤੁਹਾਡੇ ਵਿਚਾਰ ਹੈ ਸ਼ਾਇਦ ਕਾਫੀ ਲੋਕ ਜਿਹੜੇ ਅੇਸ਼ਮਾ ਮੇਤੇ ਬੋਲਦੇ ਆ ਤੁਹਾਡੇ ਨਾਲ ਸਹਿਮਤ ਨਾ ਹੋਣ ਪਰ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਆਓ ਸੰਵਾਦ ਕਰੋ ਕਨਵਿੰਸ ਕਰੋ ਆਪਣਾ ਪੁਆਇੰਟ ਆਫ View ਰੱਖੋ ਕਿਉਂ ਪਰਿतोष ਪ੍ਰਾਸ਼ਰ ਜੀ ਗਲਤ ਆ ਤੇ ਕਿਉਂ ਤੁਸੀਂ ਠੀਕ ਹੋ ਸੋ ਇਹ ਸਾਡਾ ਪਲੈਟਫਾਰਮ ਪੰਜਾਬ ਦਸਤਾਵੇਜ਼ ਦਾ ਸਾਰਿਆਂ ਲਈ ਸਾਰਿਆਂ ਲਈ ਅਵੇਲੇਬਲ ਆ ਤੇ ਕੋਈ ਵੀ ਆ ਕੇ ਇਹਦੇ ਵਿੱਚ ਹਿੱਸਾ ਲੈ ਸਕਦਾ ਤੇ ਸੁਧਾਰ ਹਰਵੰਦ ਸਿੰਘ ਔਜਲਾ ਟੋਰਾਂਟੋ ਤੋਂ ਸਾਨੂੰ ਉਮੀਦ ਹੈ ਕਿ ਪ੍ਰੋਗਰਾਮ ਸੁਣ ਕੇ ਆਪਣਾ ਪ੍ਰतिकਰਮ ਦੇਣਗੇ ਇੱਥੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਆ ਮੈਨੂੰ ਰਜਿੰਦਰ ਸਿੰਘ ਤੱਕਨ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਨਮਸਕਾਰ